नमस्कार दोस्तों, यूट्यूब दे इस चैनल विच तुहाडा सब दा स्वागत है। अज मैं तुहाडे सामने लैके आया कोर्स 508 दी असाइनमेंट 2 दा क्वेश्चन नंबर 1। वीडियो शुरू करन तो पहला, अगर तुसी हाले तक मेरे चैनल नूं सबसक्राइब नहीं कराया है तो प्लीज़ चैनल नूं सबसक्राइब करो अते नाल ही नाल बैल आइकन दे उपर जरूर क्लिक करो, जिस नाल तुहानूं मेरी हर नवीं अपलोड कीती वीडियो दा नोटिफिकेशन नाल दी नाल मिलदा रहेगा। एक गल होर दोस्तों, अगर तुसीं मेरी इन असाइनमेंट्स की PDF फाइल प्राप्त करना चाहते हो तो मैं इस नंबर पर कॉन्टैक्ट कर सकते हो 7986171145। वट्सएप कर सकते हो मैं इस नंबर के उपर अगर तुसीं मेरी इन असाइनमेंट्स को PDF के प्राप्त करना चाहते हो। तो शुरू कर दिया जी आज का क्वेश्चन, असाइनमेंट 2 का क्वेश्चन नंबर 1। क्वेश्चन है जी, एक्सप्लेन द कंसैप्ट ऑफ वर्क एजुकेशन इन द लाइट ऑफ purposeful and meaningful physical work। इस क्वेश्चन का आंसर 500 शब्दों के विच देना है, तो देखने इसका आंसर की है। सब तो पहला क्वेश्चन पंजाबी दे विच ट्रांसलेट, उद्देश पूर्ण अते अर्थपूर्ण भौतिक कम फिजिकल वर्क विच कम की सिक्ख्या के संकल्प नूं विख्यान करो। तो आंसर शुरू कर दें जी, सानू सिक्ख्या प्रणाली विच कुछ बदलाव लियाने पैणगे। दिमाग नूं हत्थां तों पढ़िया जाना चाहीदा है, जिवें कवि सी तां मैं पंजां उंगलां दी संभावना ते इक गीत लिखांगा। तुसीं क्यों सोचदे हो कि दिमाग हर चीज़ है अते अंग कुछ भी नहीं? जिहड़े लोक अपने हत्थां नूं सिक्ख्यत नहीं करदे अते सधारण सिक्ख्या प्राप्त नहीं करदे, उन्हां कोल जिंदगी दा संगीत नहीं हुंदा। अपने शरीर दे हर हिस्से नूं सिक्ख्यत नहीं कीता जांदा, सिर्फ रहस्यवादी ज्ञान असलीयत नूं मिटा नहीं सकदा है कि वह इस पर पूरी तरह केंद्रित कर सकता है। सिर्फ शब्दों राही सिक्ख्या दी जाती है, थकावट अते बच्चे दे दिमाग नूं पासे कीता जाएगा। कम दी सिक्ख्या अते अर्थ दी धारणा, कम दी सिक्ख्या वर्क एजुकेशन। हरेक देश विच सिक्ख्या दा मुख्य मंतव अजिही विद्यक व्यवस्था नूं विकसित करना है जो कि इस दे नागरिक नूं अपने जीवन दौरान प्रतिभा ਅਤੇ ਹੁਨਰ ਨੂੰ ਵਿਕਸਿਤ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ। ਇਹ ਨਿਰਧਾਰਿਤ ਕਰਨਾ ਲਾਜ਼ਮੀ ਹੁੰਦਾ ਹੈ ਕਿ ਸਰੀਰਕ ਕਿਰਤ ਨੂੰ ਸਿੱਖਿਆ ਨਾਲ ਜੋੜਿਆ ਜਾਣਾ ਚਾਹੀਦਾ ਹੈ। ਫੋਰ ਐਗਜ਼ਾਮਪਲ, ਕੰਮ ਦੀ ਸਿੱਖਿਆ ਨੂੰ ਸਿੱਖਿਆ ਦਾ ਇੱਕ ਅਟੁੱਟ ਹਿੱਸਾ ਬਣਾਉਣਾ ਚਾਹੀਦਾ ਹੈ। ਕੰਮ ਦੀ ਸਿੱਖਿਆ ਨੂੰ ਉਦੇਸ਼ਪੂਰਨ ਅਤੇ ਅਰਥਪੂਰਨ ਸਰੀਰਕ ਮਜ਼ਦੂਰੀ ਮੰਨਿਆ ਜਾਂਦਾ ਹੈ ਜੋ ਕਿ ਵਿੱਦਿਅਕ ਪ੍ਰਕਿਰਿਆ ਦੇ ਅੰਦਰੂਨੀ ਹਿੱਸੇ ਵਜੋਂ ਵਿਵਸਥਿਤ ਹੈ। ਇਹ ਅਰਥਪੂਰਨ ਸਮੱਗਰੀ ਅਤੇ ਭਾਈਚਾਰਕ ਸੇਵਾ ਦਾ ਉਤਪਾਦਨ ਸਮਝਿਆ ਜਾਂਦਾ ਹੈ, ਜਿਸ ਵਿੱਚ ਬੱਚੇ ਸੰਤੁਸ਼ਟੀ ਅਤੇ ਆਨੰਦ ਦਾ ਅਨੁਭਵ ਸਾਂਝਾ ਕਰਦੇ ਹਨ। ਸਿੱਖਿਆ, ਸਿੱਖਿਆ ਦੇ ਕੰਮ ਵਿੱਚ ਗਿਆਨ, ਸਮਝ ਅਤੇ ਅਮਲੀ ਹੁਨਰ ਨੂੰ ਸ਼ਾਮਿਲ ਕਰਨ 'ਤੇ ਜ਼ੋਰ ਦਿੰਦੀ ਹੈ। ਕੰਮ ਦੀ ਸਿੱਖਿਆ ਦੇ ਸੰਕਲਪ ਨੂੰ ਹੇਠ ਲਿਖੇ ਕਾਰਨਾਂ ਦੇ ਜ਼ਰੀਏ ਵਧੀਆ ਸਮਝਿਆ ਜਾ ਸਕਦਾ ਹੈ। ਕੰਮ ਦੀ ਸਿੱਖਿਆ, ਇਹ ਹੱਥ ਅਤੇ ਦਿਮਾਗ ਵਿੱਚ ਤਾਲਮੇਲ ਸਥਾਪਿਤ ਕਰਦਾ ਹੈ। ਵਿੱਦਿਅਕ ਸਰਗਰਮੀਆਂ ਵਿੱਚ ਸਮਾਜਿਕ ਤੌਰ 'ਤੇ ਲਾਭਦਾਇਕ ਸਰੀਰਕ ਮਿਹਨਤ, ਇਹ ਸਿੱਖਣ ਦੀ ਪ੍ਰਕਿਰਿਆ ਵਿੱਚ ਇੱਕ ਜ਼ਰੂਰੀ ਅਤੇ ਮਹੱਤਵਪੂਰਨ ਕਾਰਕ ਹੈ। ਇਹ ਕਮਿਊਨਿਟੀ ਲਈ ਲਾਭਦਾਇਕ ਸੇਵਾਵਾਂ ਅਤੇ ਉਤਪਾਦਕ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਇਹ ਬਹੁ ਪੱਧਰੀ ਸਿੱਖਿਆ ਪ੍ਰਣਾਲੀ ਵਿੱਚ ਸਿੱਖਿਆ ਦੇ ਸਾਰੇ ਪੱਖਾਂ ਦੇ ਨਾਲ ਇੱਕ ਜ਼ਰੂਰੀ ਕਾਰਕ ਦੇ ਤੌਰ 'ਤੇ ਜੁੜਿਆ ਹੋਇਆ ਹੈ। ਇਹ ਕਰਨ ਦੁਆਰਾ ਸਿੱਖਣ 'ਤੇ ਆਧਾਰਿਤ ਹੈ, ਕਰਕੇ ਹੀ ਇਸ ਨੂੰ ਸਿੱਖਿਆ ਜਾ ਸਕਦਾ। ਕੰਮ ਦੀ ਸਿੱਖਿਆ ਦੇ ਮਹੱਤਵ, ਕੰਮ ਦੇ ਸਾਰੇ ਬੱਚਿਆਂ ਦੀ ਸਿੱਖਿਆ ਵਿੱਚ ਵਿੱਦਿਅਕ ਮਹੱਤਤਾ ਹੈ ਜੋ ਕਿ ਕਿਸੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਪਿਛੋਕੜ ਵਾਲੇ ਹੋ ਸਕਦੇ ਹਨ। ਵਿੱਦਿਅਕ ਪ੍ਰਣਾਲੀ ਜਿਸ ਵਿੱਚ ਕੰਮ ਅਤੇ ਗਿਆਨ ਇੱਕ ਵੱਖਰਾ ਰਸਤਾ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ, ਕਦੇ ਵੀ ਸਮਾਜ ਨਾਲ ਜੁੜੇ ਨਹੀਂ ਹੁੰਦੇ, ਪਰ ਇਹ ਸਮਾਜ ਅਤੇ ਵਿੱਦਿਅਕ ਸੰਸਥਾਨਾਂ ਵਿਚਾਲੇ ਪਾੜਾਂ ਨੂੰ ਚੌੜਾ ਕਰਦਾ ਹੈ। ਸੰਭਵ ਹੈ ਕਿ ਇਹ ਮੁੱਖ ਕਾਰਕ ਹੈ ਜੋ ਕੰਮ ਅਤੇ ਸਿੱਖਿਆ ਵਿੱਚ ਸੰਬੰਧਾਂ ਦੀ ਘਾਟ ਕਾਰਨ ਜ਼ਰੂਰੀ ਜੀਵਨ ਚਮੜੀ ਦੇ ਬੱਚਿਆਂ ਨੂੰ ਵਾਂਝਾ ਕਰਦਾ ਹੈ। ਸਕੂਲੀ ਪਾਠਕ੍ਰਮ ਵਿੱਚ ਉੱਚ ਪੱਧਰ 'ਤੇ ਸਰੀਰਕ ਮਿਹਨਤ ਅਤੇ ਉਤਪਾਦਕ ਕੰਮ ਕਰਕੇ ਅਰਥ ਵਿਵਸਥਾ ਨੂੰ ਅਰਥਪੂਰਨ, ਤਰਕਪੂਰਨ ਅਤੇ ਜੀਵਨ ਲਈ ਉਪਯੋਗੀ ਬਣਾਉਣ ਦਾ ਮਤਲਬ ਹੈ।
ਅਧੂਰੇ ਵਿੱਦਿਅਕ ਰੂਟੀਨ ਦੇ ਕੰਮ ਸਮੇਤ ਇਹ ਹਰ ਹਾਲਤ ਵਿੱਚ ਸੰਭਵ ਹੈ ਕਿ ਬੱਚਿਆਂ ਨੂੰ ਸਮੁਦਾਇ ਦੇ ਸਾਧਨਾਂ ਦਾ ਅਰਥਪੂਰਨ ਗਿਆਨ ਹੈ। ਬੱਚੇ ਉਹਨਾਂ ਹੁਨਰ ਸਿੱਖ ਰਹੇ ਹਨ ਜਿਹੜੀਆਂ ਉਹਨਾਂ ਨੂੰ ਮਿਆਰੀ ਜੀਵਨ ਦੀ ਅਗਵਾਈ ਕਰਨ ਲਈ ਸਮਰੱਥ ਬਣਾ ਸਕਦੀਆਂ ਹਨ। ਉੱਥੇ ਸਥਾਨਕ ਅਰਥਚਾਰੇ ਵਿੱਚ ਰੋਜ਼ੀ ਰੋਟੀ ਦਾ ਰੁਝਾਨ ਵਿਕਸਿਤ ਕਰਨ ਲਈ ਬੱਚੇ ਵਿਕਾਸ ਕਰ ਸਕਦੇ ਹਨ। ਬੱਚਿਆਂ ਨੂੰ ਕੰਮ ਦੇ ਨਾਲ ਆਪਣੀ ਉੱਚ ਸਿੱਖਿਆ ਨੂੰ ਪੂਰਾ ਕਰਨ ਦਾ ਮੌਕਾ ਮਿਲ ਸਕਦਾ ਹੈ। ਸਖਤ ਮਿਹਨਤ ਨਾਲ ਕੀਤੇ ਗਏ ਕੰਮ ਵਿੱਚ ਬੱਚਿਆਂ ਨੂੰ ਮਾਣ ਹੋ ਸਕਦਾ ਹੈ। ਸਕੂਲੀ ਰੂਟੀਨ ਵਿੱਚ ਮੁੱਖ ਨੋਟਿਸ ਵਿੱਚ ਤਬਦੀਲੀ। ਇਹ ਸੀਗਾ ਕੋਰਸ 508 ਦੀ ਅਸਾਈਨਮੈਂਟ 2 ਦਾ ਕੁਸ਼ਚਨ ਨੰਬਰ 1। ਆਈ ਹੋਪ ਕੁਸ਼ਚਨ 508 ਦੇ ਵਿੱਚ ਕੰਪਲੀਟ ਹੋ ਗਿਆ ਹੋਣਾ ਹੈ। ਅਗਰ ਤੁਸੀਂ ਆਪਣੇ ਵੱਲੋਂ ਹੋਰ ਇਸ ਦੇ ਵਿੱਚ ਆਨਸਰ ਐਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਬੁੱਕ ਦੇ ਬਲੌਗ ਨੰਬਰ ਦੇ ਵਿੱਚ ਚੈੱਕ ਕਰਕੇ ਇਸ ਦੇ ਵਿੱਚ ਕੁਝ ਹੋਰ ਐਡ ਕਰ ਸਕਦੇ ਹੋ। ਵੀਡੀਓ ਨੂੰ ਦੇਖਣ ਦੇ ਲਈ, ਸ਼ੇਅਰ ਕਰਨ ਦੇ ਲਈ, ਸਬਸਕ੍ਰਾਈਬ ਕਰਨ ਦੇ ਲਈ ਸ਼ੁਕਰੀਆ। ਥੈਂਕ ਯੂ।